ਕਰੀ ਆ ਗਿਆ ਤਾਂ ਬਸਮ ਬੇਟੇ ਦੇ ਜ਼ਿੰਮੇ ਲਾਇਆ ਜੀ ਬੇਗਮ ਸਾਹਿਬਾਂ ਨੇ ਕਿ ਪੁੱਤਰ ਤੂੰ ਸਾਲਨ ਚੱਕ ਕੇ ਨਾਲ ਨਾਲ ਦੇਈ ਜਾ ਅਤੇ ਰੋਟੀ ਖਾ। ਭਾਜੀ ਤਾਂ ਕੱਲ੍ਹ ਤਾਂ ਪਰੇਸ਼ਾਨ ਸੀ, ਉਹਨੇ ਰੋਟੀ ਵੀ ਕੋਈ ਨਹੀਂ ਖਾਧੀ, ਬਸ ਹੁਣ ਭੁੱਖ ਲੱਗੀ ਹੋਈ। ਭਾਜੀ ਨੂੰ ਲੱਗਦਾ ਵਾਹਵਾ ਹੀ, ਕਹਿੰਦਾ ਚਲੋ ਮੈਂ ਵੀ ਹੁਣ ਜਿਹੜਾ ਰੋਟੀ ਖਾ ਲਵਾਂ। ਕੱਲ੍ਹ ਦੀ ਜ਼ਰਾ ਆਪਣੀ ਬੇਗਮ ਸਾਹਿਬਾਂ ਦੀ ਟੈਨਸ਼ਨ ਲਈ ਬੈਠਾ ਸੀ। ਕੱਲ੍ਹ ਮੈਨੂੰ ਕਾਫੀ ਦਾ ਫੋਨ ਕੀਤਾ, ਕਹਿੰਦਾ ਬਸ ਜਲਦੀ ਲੈ ਗਿਆ, ਜਲਦੀ ਲੈ ਜਾ। ਮੈਂ ਕਿਹਾ ਅੱਛਾ ਚਲੋ, ਮੈਂ ਛੱਡਣ ਵਾਸਤੇ ਆ ਇਸ ਰਸਤੇ 'ਚ ਐਮਰਜੈਂਸੀ ਆ ਕੇ ਮੈਨੂੰ ਵਾਪਸੀ ਜਾਣਾ ਪਿਆ, ਫਿਰ ਮੈਂ ਰੋਡ 'ਤੇ ਛੱਡ ਗਿਆ ਸੀ। ਕਿਉਂ ਕੀ ਹੋਇਆ ਉਹਨੂੰ? ਬੁਖਾਰ ਤਾਂ ਨਹੀਂ ਹੋਇਆ ਉਹਨੂੰ? ਅੱਛਾ ਸਹੀ। ਚਲੋ ਐਵੇਂ ਕਰਦੇ ਹਾਂ ਨਾ, ਮੈਂ ਹੁਣ ਇੱਥੋਂ ਜਾਂਦਾ, ਜਾਂਦੇ ਜਾ ਕੇ ਉਹਨੂੰ ਦੇਖੀ ਜਾਂਦੇ ਹਾਂ, ਠੀਕ ਹੈ? ਅਤੇ ਫਿਰ ਉਹਦੀ ਦੋਸ਼ ਹੋਈ, ਅਗਰ ਉਹਦੀ ਤਬੀਅਤ ਖਰਾਬ ਹੈ ਜਾਂ ਜੋ ਵੀ ਮਸਲਾ ਹੈ ਪਤਾ ਚੱਲ ਜਾਣਾ। ਹੋ ਸਕਦਾ ਉਹਨੂੰ ਬੁਖਾਰ ਹੋਇਆ ਵਾ, ਤੁਸੀਂ ਮਹਿਸੂਸ ਨਾ, ਕਿਉਂਕਿ ਮੌਸਮ ਹੋ ਰਿਹਾ ਨਾ ਤਬਦੀਲ, ਮੌਸਮ ਤਬਦੀਲ ਹੋ ਰਿਹਾ ਨਾ, ਅਤੇ ਸ਼ਬਨਮ ਵਗੈਰਾ ਪੈ ਰਹੀ ਹੈ। ਅੱਛਾ ਅੱਛਾ, ਰਾਤ ਨੂੰ ਕਿਤੇ ਨਾ ਕੇ ਤਾਂ ਨਹੀਂ ਸੋਈ ਤੀ ਹੈ? ਹੈ ਭਾਅ ਜੀ, ਇਹ ਕਿੱਥੇ ਰਾਤ ਨਾ ਕੇ ਤਾਂ ਨਹੀਂ ਸੁੱਤੀ ਕਿਸੇ ਨੇ? ਹਾਂ ਅੱਛਾ, ਚਲੋ ਜੀ, ਖੈਰ ਕਰੇਗਾ ਜੀ। ਅਤੇ ਹੁਣ ਜਾਂਦੇ ਹਾਂ ਜੀ ਅਸੀਂ ਆਪ ਵੀ ਰੋਟੀ ਵਾਲੀ ਸਾਈਡ 'ਤੇ, ਰੋਟੀ ਜਾ ਕੇ ਸ਼ੁਰੂ ਕਰਦੇ ਹਾਂ ਜੀ। ਘਰ ਬਣ ਰਿਹਾ ਵਾ, ਠੀਕ ਹੈ ਨਾ, ਤੇ ਬੜਾ ਜਾਣੀ ਕਿ ਜ਼ੋਰ ਜੋਸ਼ੋ ਖਰੋਸ਼ ਨਾਲ ਬੱਚੇ ਕੰਮ ਕਰ ਰਹੇ, ਦਿਲ ਲਗਾ ਕੇ ਫੌਜੋ ਦੇ ਨਾਲ, ਠੀਕ ਹੈ। ਬਾਜੀ ਲੈ ਕੇ ਖਾਣਾ ਬਣਾ ਕੇ ਬਾਜੀ ਨੂੰ ਮੇਰੇ ਗਿਲਾ ਤੂੰ ਵਰਤਾ, ਬਹੁਤ ਖਾਣਾ ਬਣਾਉਣ ਲੈ ਕੇ ਆਉਣਾ ਮੁਸ਼ਕਲ ਹੈ। ਬਸ ਜੀ, ਇਨਸ਼ਾਅੱਲਾ ਇਨਸ਼ਾਅੱਲਾ ਜਲਦੀ ਬਾਜੀ ਹੋਣੀ ਇੱਥੇ ਸ਼ਿਫਟ ਹੋ ਜਾਣਗੇ ਘਰ ਵੀ। ਹਾਂਜੀ, ਘਰ ਵੀ ਨਾਲ ਨਾਲ ਬਣਦਾ ਰਹੇਗਾ, ਤੇ ਇੱਥੇ ਜਦੋਂ ਆ ਗਏ ਫਿਰ ਰੋਟੀ ਪਕਾਉਣੀ ਖਾਣੀ ਪੀਣੀ ਆਸਾਨੀ ਹੋ ਜਾਣੀ ਹੈ ਵਾਸਤੇ। ਹਾਂਜੀ, ਹਾਂਜੀ, ਬਸ ਅੱਲਾ ਤਾਲਾ ਸਿਹਤ ਵੀ ਦੇਵੇ ਜੀ। ਕੱਲ੍ਹ ਗਿਆ ਉੱਥੇ ਡਾਕਟਰ ਕੋਲ ਜਾ ਕੇ ਉਹਨੂੰ ਚੈੱਕ ਕਰਾਇਆ, ਤੇ ਉਹਨੇ ਸਾਨੂੰ ਪਰੇਸ਼ਾਨ ਕਰਤਾ, ਡਾਕਟਰ ਨੇ ਕਹਿੰਦਾ ਇਹਦਾ ਜਿੰਨਾ ਜਲਦੀ ਹੋ ਸਕਦਾ ਆਪਰੇਸ਼ਨ ਕਰਾਓ, ਤੇ ਵਰਨਾ ਕੰਮ ਖਰਾਬ ਹੋ ਸਕਦਾ ਹੈ। ਅੱਲਾ ਖੈਰ ਕਰੇ ਭਾਜੀ ਜੀ, ਕੱਲ ਤਾਂ ਪਰੇਸ਼ਾਨ ਸੀ ਜਦੋਂ ਬਾਜੀ ਦੀ ਰਿਪੋਰਟ ਆ ਗਈ, ਤੇ ਉਦੋਂ ਦਾ ਪਰੇਸ਼ਾਨ ਸੀ, ਕਹਿੰਦਾ ਸੀ ਅੱਲਾ ਖੈਰ ਕਰੇ, ਬਸ ਇੱਕ ਮਸਲਿਆਂ ਨੂੰ ਹੱਲ ਹੁੰਦਾ ਹੈ, ਫਿਰ ਕਹਿੰਦਾ ਇਹਦੇ ਹੁਣ ਜਿਹੜਾ ਨਾ ਕਰਾਉਂਦੇ ਹਾਂ। ਭਾਜੀ ਵੀ ਪਰੇਸ਼ਾਨ ਸੀਗਾ, ਕਹਿੰਦਾ ਸੀ ਚਲੋ, ਤੇ ਉਸ ਤੋਂ ਬਾਅਦ ਫਿਰ ਜਿਹੜਾ ਨਾ ਮਰੀਮ ਵੱਲ ਫਾਰਗ ਹੋ ਕੇ ਫਿਰ ਜਿਹੜਾ ਨਾ ਆਪਰੇਟ ਵਗੈਰਾ ਦਾ ਕੁਛ ਸੋਚਦੇ ਇਸ ਸਾਈਡ ਦੇ ਬੈਠਣ ਬਾਜੀ ਹੋਣੀ ਤੇ ਸ਼ਾਰ ਪਈ ਵੀ ਉੱਥੇ ਅਸੀਂ ਲਈਏ ਜੀ। ਤਰਪਾਲ ਲਈ ਹੋਈ, ਤਰਪਾਲ ਲਾ ਕੇ ਇੱਥੇ ਬੈਠੇ ਜੀ, ਤੇ ਇਸ ਸਾਈਡ ਤੇ ਸਾਨੂੰ ਜਿਹੜਾ ਬਾਜੀ ਲੈ ਕੇ ਆਈਏ ਪਕਾ ਕੇ। ਸਹੀ ਸਹੀ, ਚਲੋ ਜੀ, ਅੱਛੀ ਗੱਲ ਹੈ। ਇਸ ਸਾਈਡ ਦੇ ਗੁਫਾਰ ਭਾਈ ਬੈਠੇ ਨੇ, ਗੁਫਾਰ ਭਾਈ ਕਿਵੇਂ ਤਬੀਅਤ ਹੈ ਹੁਣ? ਖਾਣਾ ਵਗੈਰਾ ਬਾਜੀ ਦਾ ਵੀ ਪਤਾ ਕਰ ਲਿਆ,
ਉਹਨਾਂ ਦੀ ਤਬੀਅਤ ਖਰਾਬ ਸੀਗੀ। ਅਤੇ ਦੂਸਰੀ ਗੱਲ ਇਹ ਆ ਕਿ ਖਾਣਾ ਵਗੈਰਾ ਵੀ ਖਾ ਲਿਆ ਸਭ ਨੇ ਮਿਲ ਕੇ, ਉਸ ਤੋਂ ਬਾਅਦ ਵਿੱਚ ਖਾਣਾ ਖਾ ਕੇ ਅਤੇ ਫਿਰ ਅਸੀਂ ਆ ਗਏ ਇੱਧਰ। ਪਲਾਟ ਸੀਗਾ ਬੱਸਾਂ ਦੇ ਵਾਸਤੇ ਦੇਖ ਰਹੇ, ਅਤੇ ਉਹਦਾ ਮਾਸ਼ਾਅੱਲਾ ਸੌਦਾ ਸੁਦਾ ਸਾਡਾ ਫਾਈਨਲ ਹੋ ਗਿਆ ਭਾਈ ਦੇ ਨਾਲ। ਅਤੇ ਅੱਲਾਹ ਤਾਲਾ ਉਸ ਭਾਈ ਦਾ ਤਾਂ ਆਸਾਨੀਆਂ ਕਰੇ, ਜਿਵੇਂ ਜਿਵੇਂ ਅੱਲਾਹ ਨਾਲ ਨਾਲ ਹਿੰਮਤ ਦਿੱਤੀ ਉਹਦੇ ਵੀ ਪੈਸੇ ਅਦਾ ਕਰਦੇ ਜਾਵਾਂਗੇ ਅਤੇ ਇਹ ਵੀ ਬਣਾਉਂਦੇ ਵੀ ਜਾਵਾਂਗੇ ਇਨਸ਼ਾਅੱਲਾ ਅੱਲਾਹ ਨੇ ਚਾਹਿਆ ਤਾਂ। ਅਤੇ ਆਹ ਤਬੱਸਮ ਬੇਟੇ ਨੇ ਇੱਟਾਂ ਜਿਹੜੀਆਂ ਸੀਗੀਆਂ ਥੱਲੇ ਗਈਆਂ ਸੀਗੀਆਂ ਕੁਛ, ਅਤੇ ਇੱਟਾਂ ਜਿਹੜੀਆਂ ਵਾ ਇਹ ਨਿਕਾਲ ਕੇ ਤਬੱਸਮ ਬੇਟੇ ਨੇ ਇੱਧਰ ਕਰ ਲਈਆਂ ਸੀ। ਅਤੇ ਇੱਧਰ ਲਾਉਣ ਨਾਲ ਮਿੱਟੀ ਲਗਵਾਈ ਆ, ਅਤੇ ਅਸੀਂ ਕਿਹਾ ਵੀ ਚਲੋ ਮਿੱਟੀ ਲਾ ਤਾਂ ਕਿ ਇੱਧਰ ਜਿਹੜਾ ਖਾਣੇ ਦਾ ਪਾਣੀ ਆ ਇੱਧਰ ਨੂੰ ਸਾਰਾ ਆਇਆ ਸੀ, ਅਤੇ ਖਾਣੇ ਦਾ ਪਾਣੀ ਫਿਰ ਦਵਾ ਐਰ ਦੇ ਦਿਮਾਗ ਨੂੰ ਲੱਗੇਗਾ। ਉਹਨਾਂ ਦੇ ਜਿਨ੍ਹਾਂ ਦੇ ਕੋਲੋਂ ਅਸੀਂ ਵਿਆਹ ਬਣਿਆ ਬਣਾਇਆ ਉਹਨਾਂ ਨੇ ਐਰਾ ਭਰਿਆ ਵਾ ਵਿੱਚੋਂ, ਐਰੇ ਲੈ ਲੈਂਦੇ ਭਰਨ ਵਾਲੇ, ਖਾਲੀ ਸੈਡ ਕਰਕੇ ਉਹਨਾਂ ਨੇ ਇਹਦੇ ਵਿੱਚ ਭਰਾ ਕਰਾ ਦਿੱਤਾ ਸੀਗਾ। ਅਤੇ ਅਸੀਂ ਕਿਹਾ ਵੀ ਚਲੋ ਅਸੀਂ ਇਸ ਤਰ੍ਹਾਂ ਕਰਦੇ ਹਾਂ ਇਹਦੇ ਐਰੇ ਸ਼ੈਰੇ ਅੰਦਰੋਂ ਵੀ ਪ੍ਰੋਪਰ ਤਰੀਕੇ ਨਾਲ, ਇਹ ਵੀ ਕੋਸ਼ਿਸ਼ ਕਰਦੇ ਹਾਂ ਕਿ ਇਹਨਾਂ ਦੀ ਭਰਾਈ ਕਰਵਾ ਦਿੰਦੇ ਹਾਂ ਤਾਂ ਕਿ ਸਾਡਾ ਇੱਕ ਕੰਮ ਥੋੜ੍ਹਾ ਜਿਹਾ ਮਜ਼ਬੂਤ ਹੋਵੇ, ਪੱਕਾ ਹੋਵੇ। ਜਿਵੇਂ ਫਿਰ ਬਾਕੀ ਅੱਲਾਹ ਤਾਲਾ ਨਾਲ ਨਾਲ ਹਿੰਮਤ ਦਿੰਦਾ ਜਾਏਗਾ ਇਨਸ਼ਾਅੱਲਾ, ਨਾਲ ਨਾਲ ਬਣਾਉਂਦੇ ਜਾਵਾਂਗੇ। ਕਿਉਂ ਕਹਿੰਦੇ ਨਾ ਔਲਾਦ ਦੀ ਖੁਸ਼ੀ ਵਿੱਚ ਮਾਂ ਬਾਪ ਦੀ ਵੀ ਖੁਸ਼ੀ ਹੁੰਦੀ ਆ। ਦੇਖੋ ਜੀ ਮਿੱਟੀ ਜਿਹੜੀ ਲਗਾਈ ਆ, ਅੱਗੇ ਜਾ ਕੇ ਵੀ ਦਿਖਾ ਲਈ ਆ ਮਾਸ਼ਾਅੱਲਾ ਜੀ। ਇੱਟਾਂ ਵਗੈਰਾ ਵੀ ਬੱਸਾਂ ਬੇਟੇ ਨੇ ਸੈਟ ਕਰ ਦਿੱਤੇ, ਕੱਢ ਕੇ ਰੱਖ ਦਿੱਤੀਆਂ। ਮਿੱਟੀ ਛਿੱਟੀ ਵੀ ਹਾਂਜੀ ਤਕਰੀਬਨ ਉਹਨਾਂ ਦੀ ਫਾਈਨਲ ਹੋਈ ਪਈ ਸੀ। ਬਾਕੀ ਅੱਲਾਹ ਕਰਮ ਕਰੇ, ਅੱਲਾਹ ਆਸਾਨੀਆਂ ਪੈਦਾ ਕਰੇ ਸਾਡੇ ਵਾਸਤੇ ਵੀ, ਅਤੇ ਅੱਲਾਹ ਤਾਲਾ ਉਹਦੇ ਵਾਸਤੇ ਆਸਾਨੀਆਂ ਪੈਦਾ ਕਰੇ ਜਿਸ ਭਾਈ ਨੇ ਸੇਲ ਕੀਤਾ ਇਹਨੂੰ, ਸੇਲ ਕਰਕੇ ਉਹਨੂੰ ਜਿਸ ਆਪਣੀ ਮੁਸ਼ਕਿਲ ਇਹਨੂੰ ਸੇਲ ਕੀਤਾ, ਅੱਲਾਹ ਤਾਲਾ ਉਹਦੀ ਮੁਸ਼ਕਿਲ 'ਚ ਵੀ ਆਸਾਨੀ ਪੈਦਾ ਕਰੇ ਤਾਂ ਕਿ ਉਹਦੀ ਮੁਸ਼ਕਿਲ ਜਿਹੜੀ ਹੈ ਉਹ ਵੀ ਹੱਲ ਹੋ ਜਾਵੇ। ਅਤੇ ਇਹਦੀ ਮਾਸ਼ਾਅੱਲਾ ਜਿਹੜੀ ਆ ਪਲਾਟ ਦੀ ਲੁੱਕ ਇੰਨੀ ਪਿਆਰੀ ਲੁੱਕ ਨਿਕਲਣੀ ਆ, ਬਹੁਤ ਪਿਆਰੀ, ਕਿਉਂ ਇਹ 3 ਮੰਜ਼ਿਲ ਦਾ ਪਲਾਟ ਆ। ਹਾਂਜੀ ਬਹੁਤ ਪਿਆਰੀ ਲੁੱਕ ਨਿਕਲਣੀ, ਇਹ ਇੰਨੀ ਉੱਚੀ ਤਾਂ ਭਰਤੀ ਪੈ ਗਈ ਨਹੀਂ ਇਹਦੇ 'ਚ ਹਾਲੇ। ਇਹਦੇ ਜਾਣੀ ਕਿ ਇਹਦੇ 'ਤੇ ਉਹ ਬੰਨਾ ਕੀ ਉਹਨੂੰ ਪਾਉਂਦੇ ਹੁੰਦੇ ਨੇ ਡੀ ਪੀ ਸੀ ਪਾਉਣੀ ਹਾਲੇ ਇਹਦੇ 'ਤੇ, ਅਤੇ ਉਹਦੇ ਉਹ ਸੀਮਟ ਦੇ ਜਿਹੜੇ ਬਜਰੀ ਦੀ ਭਰਾਈ ਹੋਏਗੀ ਜੇ ਸਰੀਆ ਪਾਇਆ ਜਾਏਗਾ ਤਾਂ ਕਿਆਰੇ ਅੱਛੇ ਤਰੀਕੇ ਨਾਲ ਮਜ਼ਬੂਤ ਹੋ ਜਾਣਗੇ, ਬਚ ਜਾਣਗੇ। ਅਤੇ ਬਹੁਤ ਪਿਆਰੇ ਜਾਣੀ ਕਿ ਮੈਂ ਕਿਸ ਤਰੀਕੇ ਨਾਲ ਜਾਣ ਦੇ ਪਾਓ ਉੱਪਰਾਂ ਦੇ ਉੱਪਰ ਚੜ੍ਹਾਉਣ, ਅਤੇ ਮੈਂ ਆਪਣੇ ਭੈਣ ਭਰਾਵਾਂ ਦਿਖਾਵਾਂ ਕਿ ਕਿੰਨਾ ਸੋਹਣਾ ਜਿਹਾ ਸੀਗਾ ਪਲਾਟ। ਨਹੀਂ ਇੱਥੋਂ ਹੋਰ ਕਲੀਅਰ ਹੋ ਰਿਹਾ, ਹੋ ਰਿਹਾ ਕਲੀਅਰ। ਹਾਂਜੀ ਪਲਾਟ ਬਹੁਤ ਪਿਆਰਾ, ਇਹਨੂੰ ਹੋ ਜਾਊਗਾ ਅੱਗੇ ਨੂੰ ਹੋ ਜਾਣਾ, ਇੱਥੋਂ ਹੋ ਕੇ ਸਾਰਾ ਦਿਖਾਓ ਆ ਪਹਿਲਾਂ। ਇਹ ਦੇਖੋ ਜੀ ਮਾਸ਼ਾਅੱਲਾ ਬਹੁਤ ਪਿਆਰਾ ਪਲਾਟ ਆ। ਅੱਲਾ ਜਿਹਾ ਸੀਗਾ ਵੀ ਰਸਮ ਬੇਟੇ ਨੂੰ ਰਹਿਣਾ ਨਸੀਬ ਕਰੇ, ਅਤੇ ਅੱਲਾ ਤਾਲਾ ਉਹਦੀਆਂ ਖੁਸ਼ੀਆਂ ਵਿੱਚ ਸਾਡੀ ਖੁਸ਼ੀ ਆ, ਅਤੇ ਅੱਲਾ ਤਾਲਾ ਉਹਦਾ ਜਲਦ ਤੋਂ ਜਲਦ ਘਰ ਬਣਾ ਦੇਵੇ, ਉਹਦੇ ਬਹੁਤ ਉਹਦੇ ਦਿਲ 'ਚ ਖੁਆਇਸ਼ ਸੀਗੀ। ਚਲੋ ਉਹਦਾ ਇਹ ਹੋਏਗਾ, ਇਹ ਪਲਾਟ ਬਹੁਤ ਖੁੱਲ੍ਹਾ ਵਾ, ਇਹਦੇ ਵਿੱਚ ਦੇਖੋ ਜੀ ਇੰਨੀ ਸਾਰੀ ਇਹਦੀ ਬੈਠਕ ਵੀ ਬਣਦੀ ਪਈ ਆ, ਪਿੱਛੇ ਕਮਰੇ ਵੀ 2 ਬਣ ਜਾਣੇ ਆ, ਕਿਚਨ ਵੀ ਬਣ ਜਾਣਾ ਵਾ, ਔਰ ਇਹਦੇ ਵਿੱਚ ਜਿਹੜਾ ਸੀਗਾ ਬੈਠਕ ਵੀ ਬਣ ਜਾਣੀ ਆ, ਅੱਗੇ ਇਹਦਾ ਜਿਹੜਾ ਰੱਖੇ ਦੀ ਖੁੱਲ੍ਹੀ ਖੁੱਲ੍ਹੀ ਜਗ੍ਹਾ ਵੀ ਇਹ ਬਣ ਜਾਣ ਤੋਂ ਬਚ ਗਈ, ਠੀਕ ਹੈ ਨਾ। ਅਤੇ ਬਹੁਤ ਸੋਹਣਾ ਇਹਦਾ ਘਰ ਬਣ ਜਾਣਾ ਵਾ, ਲੇਕਿਨ ਹੁਣ ਜਿਹੜਾ ਸੀਗਾ ਵੀ ਬਣਾਉਣ ਵਾਸਤੇ ਇੱਕ ਤਾਂ ਮੇਰੀ ਹਿੰਮਤ ਚਾਹੀਦੀ ਆ, ਇੱਕ ਮਿਸਤਰੀਆਂ ਦੀ ਹਿੰਮਤ ਚਾਹੀਦੀ ਆ, ਅਤੇ ਇੱਕ ਅੱਲਾਹ ਤਾਲਾ ਦੀ ਮਦਦ ਚਾਹੀਦੀ ਆ ਇਨਸ਼ਾਅੱਲਾ। ਅੱਲਾਹ ਦੀ ਮਦਦ ਦੇ ਨਾਲ ਅਤੇ ਅੱਲਾਹ ਆਪਣੇ ਸੋਹਣੇ ਦੀਪ ਦੇ ਸਦਕੇ ਦੇ ਨਾਲ ਇਨਸ਼ਾਅੱਲਾ ਅੱਲਾਹ ਇਸ ਬੱਚੇ ਵਾਸਤੇ ਆਸਾਨੀਆਂ ਕਰੇਗਾ, ਕਿ ਜਲਦ ਤੋਂ ਜਲਦ ਸਾਡੀ ਕੋਸ਼ਿਸ਼ ਆ ਕਿ ਜਿੰਨੀ ਜਲਦੀ ਹੋ ਸਕਦਾ ਅਸੀਂ ਇਹ ਪਲਾਟ ਤਿਆਰ ਕਰੀਏ। ਲੇਕਿਨ ਲੱਗਦਾ ਜੇ ਕੁਛ ਨਹੀਂ ਹੋ ਸਕਦਾ ਫਿਰ ਵੀ ਕਰਦਿਆਂ ਕਰਦਿਆਂ ਨਾ ਕਰਦਿਆਂ ਕਰਦਿਆਂ ਵੀ ਸਾਲ ਅਤੇ 1.5 ਸਾਲ 2 ਸਾਲ ਵੀ ਲੱਗ ਸਕਦੇ ਨੇ। ਅਤੇ ਬਾਕੀ ਸਾਡੀ ਤਾਂ ਦੇਖੋ ਜੀ ਅੱਲਾਹ ਦੇ ਅੱਗੇ ਦੇ ਰਹੇ ਨੇਰ ਕੋਈ ਨਹੀਂ। ਹਾਂਜੀ ਤੇ ਅੱਲਾਹ ਤਾਲਾ ਨੇ ਜਦੋਂ ਆਸਾਨੀਆਂ ਪੈਦਾ ਕਰਨੀਆਂ ਪਤਾ ਨਹੀਂ ਲੱਗਣਾ ਸਾਲ 6 ਮਹੀਨੇ ਕੀ ਮਹੀਨੇ 2 ਮਹੀਨੇ ਤੱਕ ਵੀ ਅੱਲਾਹ ਤਾਲਾ ਮਿਹਰਬਾਨੀ ਕਰੇ ਤਾਂ ਹੋ ਸਕਦਾ। ਹਾਂਜੀ ਅਤੇ ਇਹਨੂੰ ਬਣਾ ਕੇ ਅਤੇ ਫਿਰ ਜਿਹੜਾ ਸੀਗਾ ਵੀ ਇਹਦੀ ਸ਼ਾਦੀ ਕਰਕੇ ਆਪਣੇ ਘਰ ਸ਼ਿਫਟ ਹੋ ਜਾਏਗਾ, ਆਪਣੇ ਘਰ ਰਾਜ਼ੀ, ਅਸੀਂ ਆਪਣੇ ਘਰ ਰਾਜ਼ੀ, ਮੇਰੇ ਕੋਲ ਰਹਿ ਲਿਆ ਇਹਨੇ ਬਹੁਤ ਅਰਸਾ ਰਹਿ ਲਿਆ ਵਾ, ਠੀਕ ਹੈ ਨਾ। ਅਤੇ ਅੱਲਾਹ ਤਾਲਾ ਮੇਰੇ ਬੱਚਿਆਂ ਵਾਸਤੇ ਆਸਾਨੀਆਂ ਕਰੇ, ਮੈਂ ਸਭ ਵਾਸਤੇ ਦੁਆ ਕਰਦੀ ਹਾਂ, ਜਿੰਨੀ ਮੇਰੀ ਯੂਟਿਊਬ ਫੈਮਿਲੀ ਦੇਖਣ ਵਾਲੀ ਉਹਨਾਂ ਵਾਸਤੇ ਵੀ ਦੁਆ ਕਰਦੀ ਹਾਂ।
ਅੱਲਾਹ ਤਾਲਾ ਮੇਰੇ ਭੈਣਾਂ ਭਰਾਵਾਂ ਵਾਸਤੇ ਵੀ ਆਸਾਨੀਆਂ ਕਰੇ, ਅੱਲਾਹ ਤਾਲਾ ਕਰਮ ਕਰੇ, ਠੀਕ ਹੈ ਨਾ। ਜ਼ੈਨ ਦੇ ਪਾਪਾ ਜਿਹੜੇ ਨੇ ਹੁਣ ਘਰ ਚਲੇ ਜਾਣਗੇ, ਮੈਂ ਫਿਰ ਨਾਲ ਇੱਥੇ ਹੀ ਹੁਣ ਮੈਨੂੰ ਛੋੜ ਕੇ ਜਾ ਰਹੇ ਆ, ਤਬਸਮ ਗੁਰਨ ਛੋੜ ਕੇ ਜਾ ਰਹੇ ਨੇ, ਅਤੇ ਮੈਂ ਤਬਸਮ ਕਰੋ ਨਾਲ ਲਾ ਕੇ ਅਤੇ ਮਿੱਟੀ ਥੋੜ੍ਹੀ ਜਿਹੀ ਸਿੱਧੀ ਪੱਧਰੀ ਕਰਵਾ ਮੇਰਾ ਫੈਨ ਲਾ ਜਾਂ ਕਿਉਂ ਥੋੜ੍ਹੀ ਦੇਰ ਪਹਿਲਾਂ ਬੇਗਮ ਸਾਹਿਬ ਨੇ ਕੋਈ ਜਿਵੇਂ ਕਿ ਸਾਡੇ ਭੈਣ ਬਹਿਣ ਨੂੰ ਬੇਗਮ ਸਾਹਿਬ ਨੇ ਸ਼ੇਅਰ ਕੀਤਾ, ਅਤੇ ਦੂਸਰੀ ਸਾਈਡ ਜਿਹੜੀ ਸੀ ਉਹ ਖਾਲੀ ਪਈ ਹਾਲੇ, ਇਹ ਸਾਡਾ ਬਾਅਦ ਵੀ ਖਾਲੀ ਪਿਆ, ਉਹ ਪਲਾਟ ਸੀ ਜਿਹੜਾ ਤਬਸਮ ਕਟਵਾ ਕੇ ਸਾਈਡ ਕੀਤਾ। ਇਹ ਤਿੰਨ ਮਰਲੇ ਦਾ ਫਰਕ ਹੈ, ਤਿੰਨ ਮਰਲੇ ਦਾ ਪਲਾਟ ਕਿਸੇ ਹੋਰ ਦਾ, ਇਹ ਸੌ ਵੀ ਸਾਡੇ ਆ ਜਾਂਦੇ ਪਛਤਾਵਾ ਦਾ ਪਲਾਟ, ਅਤੇ ਇੱਥੇ ਪਛਤਾਵਾ ਨੂੰ ਮਕਾਨ ਬਣਦਾ ਪਿਆ, ਅਤੇ ਜਿਵੇਂ ਜੋ ਜੋ ਕੰਮ ਸ਼ੰਮ ਹੋ ਰਿਹਾ ਨਾਲ ਉਹ ਵੀ ਉਹ ਆਪਣੀ ਵੀਡੀਓ ਬਾਰ ਬਾਰ ਸ਼ੇਅਰ ਕਰ ਰਹੇ ਹਾਂ, ਅਤੇ ਅਸੀਂ ਹੁਣ ਨਾਲ ਨਾਲ ਅਸੀਂ ਵੀ ਨਾਲ ਜਿੰਨਾ ਹੋ ਸਕਦਾ ਅਸੀਂ ਨਾਲ ਨਾਲ ਸ਼ੇਅਰ ਕਰਦੇ ਹਾਂ ਜੀ। ਹੁਣ ਅਸੀਂ ਚੱਲਦੇ ਹਾਂ ਜੀ ਘਰ ਨੂੰ, ਅਤੇ ਅਗਲੇ ਜੋ ਵੀ ਸਟੇਟਸ ਹੋਏਗਾ ਫਿਰ ਉੱਥੇ ਸ਼ੇਅਰ ਕਰਾਂਗੇ ਇਨ ਸ਼ਾ ਅੱਲਾਹ। ਬੁਖਾਰ ਬਾਈ ਵੀ ਆਇਆ ਹੋਇਆ ਸੀ ਇੱਧਰ ਨਾਲ ਹੀ, ਅਸੀਂ ਚਲੋ ਫਰਮਾਇਸ਼ਾਂ ਵਗੈਰਾ ਤਾਂ ਅਸਾਨ ਬੇਟੇ ਨੂੰ ਬੁਲਾਇਆ ਮੈਂ ਕਿਹਾ ਵੀ ਸਾਡੇ ਫਰਮਾਇਸ਼ਾਂ ਕੱਢ ਕੇ ਦਿਓ, ਤਾਂ ਕਿ ਅਸੀਂ ਅਗਲੀ ਸੈਟਿੰਗ ਵੀ ਚੈੱਕ ਕਰੀਏ। ਆਸਾਨ ਹੈ ਨਕਸ਼ਾ ਉਹੀ ਜਿਹੜਾ ਤੁਹਾਡਾ ਬਣਿਆ ਉਹੀ ਬਣਾਉਣਾ ਜਾਂ ਕੋਈ ਹੋਰ ਬਣਾਉਣਾ? ਕਿਵੇਂ ਬੇਗਮ ਸਾਹਿਬਾ ਤੁਸੀਂ ਦੱਸੋ? ਹਾਂਜੀ ਸਹੀ। ਇਹ ਯਾਨੀ ਕਿ ਹੁਣ ਇੱਥੇ ਕਮਰੇ ਦੀ ਫਰਮਾਇਸ਼ ਇੱਥੇ ਤੱਕ ਦਿੱਤੀ ਹੈ? ਅੱਛਾ ਚਲੋ ਜੀ, ਅੱਲਾ ਖੈਰ ਕਰੇਗਾ। ਅਤੇ ਅਸਲਾਮ ਬਾਈ, ਅਤੇ ਬਾਹਰ ਦੋਸਤਾਂ ਬੇਟਾ ਵਗੈਰਾ ਕਰਦੇ ਪੈਣ ਫਰਮਾਇਸ਼ ਸਿੱਧੀਆਂ ਕਰਕੇ ਦਿੰਦੇ ਹਨ ਦੋਸਤਾਂ ਬੇਟੇ ਨੂੰ, ਤਾਂ ਕਿ ਆਪਣਾ ਕੰਮ ਸ਼ੰਮ ਜਿਹੜਾ ਹੈ ਸਾਰਾ ਫਾਈਨਲ ਕਰ ਲਵਾਂ। ਹਾਂਜੀ ਇਹ ਹੁਣ ਦੋਸਤਾਂ ਬੇਟਾ ਇਹਦੇ ਸਿੱਧੀਆਂ ਕੱਢ ਕੇ ਇਹਦੇ ਵਿੱਚ ਪਾਣੀ ਸ਼ਾਣੀ ਛੱਡ ਦੇਗਾ, ਤਾਂ ਕਿ ਜਿਹੜੀ ਮਿੱਟੀ ਥੱਲੇ ਬਹਿਣੀ ਹੋਈ ਉਹ ਬਹਿ ਜਾਏਗੀ, ਜਿਹਦੇ ਵਿੱਚ ਬੱਚੀ ਹੋਈ ਉਹ ਬਚ ਜਾਊਗੀ। ਲੰਗਰ ਆ ਗਿਆ ਸੀ, ਮੈਂ ਤੇਰਾ ਬ੍ਰੇਕ ਲਗਾਤੀ ਸੀ, ਤਬਸਮ ਬੇਟਾ ਜਿਹੜਾ ਵਾ ਐਰੇ ਖੱਟ ਰਿਹਾ ਵਾ, ਸਿੱਧੇ ਪੱਧਰੇ ਕਰ ਰਿਹਾ। ਹਾਂ ਤਬਸਮ ਉਹ ਤਾਂ ਜਗ੍ਹਾ ਥੋੜੀ ਕੰਮ ਹੈ ਨਾ, ਕਿਹੜੀ ਐਵੇਂ ਇਹ ਪੂਰੀ ਦੀਵਾਰ ਚ ਅਲਮਾਰੀ ਕਹਿਣ ਦਿਆ ਜਿਵੇਂ ਉਹ। ਹਾਂਜੀ ਅੱਲਾ ਪੁੱਤ ਤੇਰੀ ਹਿੰਮਤ ਦੇਵੇ, ਤੇ ਅੱਲਾ ਤੇਰੀਆਂ ਖੁਸ਼ੀਆਂ ਜਿਹੜਾ ਸੀਗਾ ਵੀ ਤੇਰੇ ਨਸੀਬ ਕਰੇ, ਤੇ ਮੇਰਾ ਪੁੱਤ ਬਹੁਤ ਖੁਸ਼ ਆ, ਤੇ ਇਨਸ਼ਾਅੱਲਾ ਅੱਲਾ ਤਾਲਾ ਨੇ ਚਾਹਿਆ ਤੇ ਤਬਸਮ ਐਵੇਂ ਹੋਏਗਾ। ਹੈ ਕੌਣ ਇਹ? ਤਿੰਨ ਮਰਲੇ ਆ, ਉਹ ਪੌਣੇ ਦੋ ਮਰਲੇ ਆ, ਉਹ ਪੌਣੇ ਦੋ ਆ, ਇਹ ਤਿੰਨ ਵਾ, ਪੌਣੇ ਦੋ 'ਚ ਤਿੰਨ 'ਚ ਕੋਈ ਫਰਕ ਨਹੀਂ, ਉਹ ਪੌਣੇ ਦੋ ਆ, ਇਹ ਤਿੰਨ ਮਰਲੇ ਪੂਰੀ ਆ, ਠੀਕ ਹੈ ਨਾ। ਤੇ ਤੈਨੂੰ ਨਜ਼ਰ ਨਹੀਂ ਆਉਂਦਾ ਉੱਥੇ ਇੱਕ ਕਮਰਾ ਵੈਸੇ ਦੋ ਕਮਰੇ ਬਣ ਗਏ ਨੇ, ਤੇਰੇ ਥਰਾਂ 'ਤੇ ਸਾਰੀ ਫਰਮਾਇਸ਼ ਹੋਈ ਹੁਣ ਕਮਰਾ ਬਣਿਆ ਹੋਇਆ ਮਾਸ਼ਾਅੱਲਾ ਜਿਹੜਾ ਸੀ। ਹਾਂ ਨਹੀਂ ਉਹ ਪੌਣੇ ਦੋ ਆ, ਉਹ ਲੱਗਦੀ ਜ਼ਿਆਦਾ, ਉਹ ਚੜ੍ਹਾਈ ਵਿੱਚ ਬਿਲਕੁਲ ਚੜ੍ਹਾਈ 'ਚ ਆ ਜਾਂਦਾ ਨਾ, ਉਹ ਸਾਰੀ ਜਗ੍ਹਾ ਇੰਨੀ ਆ, ਆਹ ਵਾਲੀ ਇੰਨੀ ਸਾਰੀ ਜਗ੍ਹਾ ਇੰਨੀ ਆ, ਜਿਹਦੇ ਵਿੱਚ ਇੰਨਾ ਸੋਹਣਾ ਕਰਕੇ ਵੀ ਨਕਸ਼ਾ ਬਹੁਤ ਪਿਆਰਾ ਬਣਿਆ ਹੋਇਆ, ਲੇਕਿਨ ਆਹ ਵਾਲਾ ਜਿਹੜਾ ਵਾ ਇਹ ਆਪਣੀ ਜਗ੍ਹਾ 'ਤੇ ਖੂਬਸੂਰਤ ਆ। ਤਬਸਮ ਬੇਟੇ ਦੀ ਖੁਆਇਸ਼ ਆ, ਕਹਿੰਦਾ ਇਹਦੇ ਵਿੱਚ ਅਲਮਾਰੀ ਵੀ ਬਣ ਸਕਦੀ। ਚਲੋ ਜੀ ਮੇਰੇ ਪੁੱਤ ਨੂੰ ਅੱਲਾਹ ਤਾਲਾ ਹਿੰਮਤ ਦੇਵੇ ਅਤੇ ਅਲਮਾਰੀਆਂ ਵੀ ਬਣਾਵੇ ਅਤੇ ਵਿੱਚ ਬੈੱਡ ਵੀ ਇੱਕ ਬਣਾਵੇ। ਬੈੱਡ ਵਾਲਾ ਕਿਹੜਾ ਬਣਾਵੀ? ਪੜਵੇ ਵਾਲਾ ਬੈੱਡ ਨਹੀਂ, ਉਹ ਬੈੱਡ ਬਣਾ ਲਈ ਬੋਬੀ ਜਿਵੇਂ ਅੱਜ ਕੱਲ੍ਹ ਉਹ 'ਤੇ ਬਣਾਉਂਦੇ ਨੇ, ਕਿਹੜਾ ਭਲਾ? ਯੂਟਿਊਬ 'ਤੇ ਮੈਂ ਦੇਖਿਆ ਸੀ, ਇੱਟਾਂ ਦਾ ਨਹੀਂ ਬੈੱਡ ਤਿਆਰ ਕਰਦੇ ਮਮਦੀ ਬਿਸਰੇ? ਹਾਂ ਹਾਂ
ਮੋਮ ਦੀ ਬਿਸਤਰਾ ਜ਼ਮੀਨ ਤੇ ਨਹੀਂ, ਉਹ ਬੈੱਡ ਬਣਾਉਂਦੇ ਏਡਾ ਸੋਹਣਾ ਇੱਟਾਂ ਦਾ ਕਰਕੇ, ਫਿਰ ਉਹਦੇ ਵਿੱਚ ਰੰਗ ਭਰਦੇ ਨੇ ਬਹੁਤ ਪਿਆਰਾ ਕਰਕੇ, ਫੱਟਿਆਂ ਦਾ ਨਹੀਂ ਇੱਟਾਂ ਦਾ। ਹਾਂ ਦੇਖਿਆ ਇਹਨੂੰ ਮਾਮਾ ਮਜ਼ਾਕਾ ਉਡਾ ਰਿਹਾ, ਤੇ ਦੇਖੀ ਜਦੋਂ ਮੇਰਾ ਪੋਤਾ ਘਰ ਬਣਿਆ ਤੇ ਕਿੱਡਾ ਸੋਹਣਾ ਬਣਨਾ ਇਨਸ਼ਾਅੱਲਾ। ਮੇਰਾ ਪੁੱਤ ਖੁਸ਼ ਆ ਤੇ ਅਸੀਂ ਵੀ ਖੁਸ਼ ਵਾਂ। ਮੈਂ ਤਬੱਸਮ ਬੇਟੇ ਤੇ ਬਹੁਤ ਰਾਜ਼ੀ ਆ, ਇਹ ਵੀ ਨਾਲ ਹੁਸੈਨ ਦਾ ਘਰ ਬਣਦਾ ਪਿਆ, ਠੀਕ ਹੈ ਨਾ। ਇਹ ਭਾਜੀ ਉਹਨਾਂ ਦਾ ਆ ਗਿਆ ਤੇ ਮੈਂ ਤਬੱਸਮ ਬੇਟੇ ਤੇ ਬਹੁਤ ਖੁਸ਼ ਵਾਂ, ਠੀਕ ਹੈ ਨਾ। ਮੇਰਾ ਪੁੱਤ ਬੜਾ ਫਰਮਾ ਬਰਦਾਰ ਆ, ਤੇ ਮਾਂ ਦੀਆਂ ਦੁਆਵਾਂ ਕਹਿੰਦੇ ਨਾ ਕਦੀ ਰੱਦ ਨਹੀਂ ਹੋਈਆਂ, ਤੇ ਅੱਲਾਹ ਤਾਲਾ ਇਨਸ਼ਾਅੱਲਾ, ਹਾਂ ਇਨਸ਼ਾਅੱਲਾ ਇਨਸ਼ਾਅੱਲਾ ਅੱਲਾਹ ਨੇ ਚਾਹਿਆ ਤੇ ਅੱਲਾਹ ਨੇ ਬੜੀਆਂ ਖੁਸ਼ੀਆਂ ਨਸੀਬ ਕਰਨੀਆਂ ਵਾ। ਤੂੰ ਉਹਨੇ ਕਦੀ ਇਨਕਾਰ ਕੀਤੀ ਆ? ਉਹ ਜਿੰਨਾ ਵੀ ਥੱਕਿਆ ਹੋਵੇ ਨਾ ਤੇ ਉਹ ਫਿਰ ਵੀ ਕਦੀ ਘੁੱਟਣ ਲੱਪਣ ਤੋਂ ਇਨਕਾਰ ਨਹੀਂ ਕਰਦਾ ਮੇਰਾ ਸ਼ਹਿਜ਼ਾਦਾ। ਅੱਲਾਹ ਤਾਲਾ ਨੂੰ ਸੁੱਖ ਦੇਵੇ ਤੇ ਅੱਲਾਹ ਨੂੰ ਘਰ ਦੇ ਵਿੱਚ ਆਪਣੇ ਭਾਗ ਲਗਾਵੇ। ਬਸ ਮੇਰੀ ਕੋਸ਼ਿਸ਼ ਆ ਜਲਦ ਤੋਂ ਜਲਦ ਤਬੱਸਮ ਬੇਟੇ ਦਾ ਘਰ ਤਿਆਰ ਹੋ ਜਾਏ, ਫਿਰ ਫੌਰਨ ਇਹਦੇ ਮੈਂ ਜਿਹੜਾ ਸੀਗਾ ਵੀ ਕਹਿੰਦੇ ਨਾ ਜੋ ਸ਼ਾਦੀ ਦਾ ਲੱਡੂ ਖਾ ਕੇ ਵੀ ਪਛਤਾਇਆ, ਕਿੱਦਾਂ ਕਹਿੰਦੇ ਹੁੰਦੇ, ਹਾਂ ਜਿਹੜਾ ਖਾਵੇ ਉਹ ਵੀ ਪਛਤਾਵੇ, ਨਾ ਖਾਵੇ ਉਹ ਵੀ ਪਛਤਾਵੇ, ਮੈਨੂੰ ਉਹ ਲੱਡੂ ਖਿਲਾ ਦੇਣਾ, ਫਿਰ ਆਪਣੇ ਘਰ ਰਾਜ਼ੀ, ਅਸੀਂ ਆਪਣੇ ਘਰ ਰਾਜ਼ੀ। ਕਿਵੇਂ ਤਬੱਸਮ? ਤਬੱਸਮ ਵਿੱਚ ਵਿੱਚ ਕਿੰਨਾ ਖੁਸ਼ ਹੋ ਰਿਹਾ ਸ਼ਾਦੀ ਦੇ ਨਾਂ ਨੂੰ। ਨਾ ਨਾ ਹੁਣ ਮੈਂ ਜਿਹੜਾ ਸ਼ਾਦੀ ਕਰ ਦੇਣੀ ਆਪਣੇ ਪੁੱਤ ਦੀ। ਹਾਂ ਚੰਗੇ ਕੁਮਾਰ, ਕਹਿੰਦਾ ਹਾਲਾਤ ਦੇ ਕੇ ਮੈਂ ਲੱਗਦੇ ਕੁਮਾਰੇ ਚੰਗੇ। ਅੱਛਾ ਜੀ ਦੇਖੋ ਦੁਬਾਰ ਤੇ ਕੋਵੇ ਆ ਗਏ, ਮਾਸ਼ਾਅੱਲਾ ਤੇ ਕੋਵੇ ਆਉਣੇ ਵੀ ਸ਼ੁਰੂ ਹੋ ਗਏ। ਖੁੱਲ੍ਹਾ ਇਲਾਕਾ ਨਾ ਇੱਧਰ, ਕੋਵੇ ਬਹੁਤ ਜ਼ਿਆਦਾ ਨੇ। ਦੇਖੋ ਜੀ ਇੱਧਰ ਵੀ ਹਰਿਆਲੀ ਮਾਸ਼ਾਅੱਲਾ। ਇਹ ਚਾਰ ਭਾਈ ਮੇਰੇ ਵਾਸਤੇ ਲਿਆ ਕੇ ਰੱਖੀ ਤਬੱਸਮ ਬੇਟੇ ਨੇ, ਮੈਂ ਬੈਠੀ ਸੀ ਉੱਤੇ ਪਹਿਲਾਂ ਰੋਟੀ ਖਾਧੀ ਸੀ, ਅੰਦਰ ਲੈ ਕੇ ਚੱਕ ਕੇ ਹੁਣ ਇੱਥੇ ਲਿਆ ਕੇ ਰੱਖ ਲਈ। ਅੱਛਾ ਜੀ ਮਾਸ਼ਾਅੱਲਾ ਦੇਤੀਆਂ ਵਾ ਗਫਾਰ ਨੇ ਫਰਮੈਸ਼ਾਂ, ਅਤੇ ਨਕਸ਼ਾ ਜਿਹੜਾ ਦਿੱਤਾ ਵਾ ਇਸ ਤਰ੍ਹਾਂ ਦਿੱਤਾ ਵਾ, ਇਹ ਕਮਰਾ ਇਹ ਬਣ ਰਿਹਾ ਵਾ, ਇੱਕ ਆਹ ਬਣ ਰਿਹਾ ਵਾ, ਅਤੇ ਬਹੁਤ ਪਿਆਰੀਆਂ ਫਰਮੈਸ਼ਾਂ ਯਾਨੀ ਕਿ ਦੇਤੀਆਂ ਵਾ। ਅਤੇ ਤਬੱਸਮ ਬੇਟਾ ਜਿਹੜਾ ਵਾ ਆਪਣੇ ਹਰੇ ਖੱਟ ਰਿਹਾ ਵਾ, ਇੰਨਾ ਖੁਸ਼ ਹੋ ਰਿਹਾ ਵਾ। ਲੇਕਿਨ ਫਿਲਹਾਲ ਅਸੀਂ ਹਰੇ ਭਰਾਂਗੇ, ਜਿਵੇਂ ਕਿਵੇਂ ਕਰਕੇ ਐਰੇ ਅਸੀਂ ਕਰ ਦੇਵਾਂਗੇ, ਤਾਂ ਕਿ ਸਾਡਾ ਜਿਹੜਾ ਸੀਗਾ ਵੀ ਕਿੱਦਾਂ ਕਹਿੰਦੇ ਹੁੰਦੇ ਆ, ਕਿਵੇਂ ਕਹਿੰਦੇ ਹੁੰਦੇ, ਗਫਾਰ ਐਰੇ ਬਣ ਜਾਂਦੇਗੇ ਤਾਂ ਕੀ ਹੋਏਗਾ, ਸਾਡਾ ਕਬਜ਼ਾ ਹੋ ਜਾਏਗਾ, ਹਾਂ ਨਕਸ਼ਾ ਵੀ ਕਲੀਅਰ ਹੋ ਜਾਏਗਾ, ਅਤੇ ਮੇਰੇ ਪੁੱਤ ਨੂੰ ਵੀ ਥੋੜ੍ਹੀ ਜਿਹੀ ਆਸ ਉਮੀਦ ਹੋ ਜਾਏਗੀ ਕਿ ਮੇਰਾ ਘਰ ਬਣ ਰਿਹਾ ਹੈ। ਤਬੱਸਮ ਖੁਸ਼ ਆ? ਕਹਿੰਦਾ ਮੈਂ ਅੱਲਾਹ ਦੀ ਰਜ਼ਾ ਵਿੱਚ ਬਹੁਤ ਖੁਸ਼ ਹਾਂ, ਅੱਲਾਹ ਦਾ ਕਹਿੰਦਾ ਸ਼ੁਕਰ ਆ ਕਿ ਇੱਥੇ ਮੈਨੂੰ ਅੱਲਾਹ ਤਾਲਾ ਨੇ ਮੌਕਾ ਦਿੱਤਾ ਵਾ, ਅਤੇ ਮੈਂ ਕਿਉਂ ਨਾ ਉਸ ਮੌਕੇ ਦਾ ਫਾਇਦਾ ਉਠਾਵਾਂ, ਠੀਕ ਹੈ ਨਾ। ਅਤੇ ਮੇਰੇ ਪੁੱਤ ਦੀ ਖੁਸ਼ੀ ਵਿੱਚ ਅਸੀਂ ਵੀ ਬਹੁਤ ਖੁਸ਼ ਹਾਂ ਸਾਰਾ ਟੱਬਰ, ਠੀਕ ਹੈ ਨਾ। ਅਤੇ ਅੱਲਾਹ ਤਾਲਾ ਇਸ ਬੱਚੇ ਵਾਸਤੇ ਆਸਾਨੀਆਂ ਕਰੇ, ਇੱਕ ਆਹ ਕਮਰਾ ਬਣ ਗਿਆ, ਇੱਕ ਆਹ ਬਣ ਗਿਆ, ਅਤੇ ਘਰ 'ਤੇ ਅਸੀਂ ਨਕਸ਼ੇ ਮੁਤਾਬਕ ਹੀ ਰਹੇ ਇਨਸ਼ਾਅੱਲਾ। ਇੱਧਰ ਦੇਖੋ ਜੀ ਮਾਲ ਜੰਗਲ ਜਾ ਰਿਹਾ, ਇਹ ਸਾਹਮਣੇ ਤੰਬੂ ਕਨਾਤਾਂ ਲਗਾਏ ਹੋਏ ਨੇ, ਕਿਉਂਕਿ ਘਰ ਬਣ ਗਏ ਨੇ, ਠੀਕ ਹੈ ਨਾ। ਇਹ ਵਿਚਾਰੇ ਬੰਦੇ ਜ਼ਰਾ ਮਾੜੇ ਸੀਗੇ, ਅਤੇ ਇਹਨਾਂ ਨੇ ਖਾਲੀ ਕਮਰਾ ਬਣਾਇਆ ਵਾ, ਅਤੇ ਉਹ ਹਲੇ ਛੱਤ ਵੀ ਨਹੀਂ ਪਾਈ, ਅਤੇ ਇਸੇ ਤਰ੍ਹਾਂ ਹੀ ਉਹ ਕਰਕੇ ਓਲਾ ਵਗੈਰਾ 'ਤੇ ਬੈਠ ਗਏ ਨੇ, ਕਮਰੇ ਦੀ ਹਲੇ ਛੱਤ ਨਹੀਂ ਪਾਈ, ਕਮਰੇ ਛੱਤ ਉੱਤੇ ਪਾਉਣਗੇ ਟੀਆਰ ਅਤੇ ਗਾਡਰ ਵਗੈਰਾ, ਅਤੇ ਮਾਲ ਜਾਨਵਰ ਜਾ ਰਹੇ ਜੀ ਮਾਸ਼ਾਅੱਲਾ। ਮਿੱਟੀ ਦੇਖੋ ਕਿੱਦਾਂ ਧਮਾਈ ਹੋਈ, ਸਾਰੀ ਮਿੱਟੀ ਮੇਰੇ ਉੱਪਰ ਆ ਰਹੀ ਹੈ, ਲੇਕਿਨ ਮੈਂ ਮੂੰਹ ਦੇ ਕੇ ਕੱਪੜਾ ਦੇ ਕੇ ਖੜੀ ਹਾਂ। ਓਏ ਹੋਏ ਹੋਏ ਹੋਏ